ਇਹ ਸਾਡੇ ਬਾਗ ਨੂੰ ਜੀ ਹਨੇਰੀਆਂ ਦੀ ਵਜ੍ਹਾ ਤੋਂ ਮੌਸਮੀ ਲਿਹਾਜ਼ ਨਾਲ ਬਾਰਿਸ਼ਾਂ ਜ਼ਿਆਦੀਆਂ ਹੋ ਰਹੀਆਂ ਪਿਛਲੇ ਸਾਲ ਦੀ ਨਿਸਬਤ। ਬਿਮਾਰੀਆਂ ਬਹੁਤ ਜ਼ਿਆਦੀਆਂ ਬਾਗ ਨੂੰ ਲੱਗੀਆਂ ਹੋਈਆਂ ਨੇ, ਹਨੇਰੀਆਂ ਦੀ ਵਜ੍ਹਾ ਤੋਂ ਫਲ ਕਿਰ ਗਏ ਨੇ, ਬਕਾਇਆ ਫਲ ਨੂੰ ਬਿਮਾਰੀ, ਮੌਸਮ ਠੰਡੇ ਦੀ ਵਜ੍ਹਾ ਤੋਂ ਇਹਨੂੰ ਬਿਮਾਰੀ ਤੇਲਾ ਲੱਗਾ ਹੋਇਆ ਹੈ, ਇਹਦਾ ਜ਼ਾਇਕਾ ਸਹੀ ਨਹੀਂ ਹੈਗਾ। ਔਰ ਦੂਸਰੀਆਂ ਫਸਲਾਂ ਨੂੰ ਵੀ ਬਹੁਤ ਨੁਕਸਾਨ ਹੋ ਰਿਹਾ ਹੈ, ਕਪਾਹ ਵਗੈਰਾ ਨੂੰ, ਤਿੱਲੀ ਵਗੈਰਾ ਨੂੰ, ਇਹਨਾਂ ਨੂੰ ਨੁਕਸਾਨ ਹੋ ਰਿਹਾ ਹੈ। ਹਨੇਰੀਆਂ ਆ ਰਹੀਆਂ ਨੇ, ਬਾਰਿਸ਼ਾਂ ਆ ਰਹੀਆਂ ਨੇ, ਅੰਬ ਦਾ ਬਹੁਤ ਹੀ ਨੁਕਸਾਨ ਹੋ ਗਿਆ। ਇਸ ਦਫਾ ਚੌਥੇ ਔਰ ਪਾਂਚਵੇਂ ਮਹੀਨੇ ਮੇਂ ਜੋ ਹੁਆ ਵੋ ਨਾ ਕਭੀ ਮੈਨੇ ਪਹਿਲੇ ਦੇਖਾ ਹੈ ਔਰ ਨਾ ਕਭੀ ਬਜ਼ੁਰਗੋਂ ਸੇ ਸੁਨਾ ਹੈ। ਬੇਵਕਤ ਕੀ ਬਾਰਿਸ਼ੋਂ ਔਰ ਜ਼ਾਲਾਬਾਰੀ ਆਂਧੀ ਨੇ ਸਿਰਫ ਆਮ ਹੀ ਨਹੀਂ ਬਲਕਿ ਮੌਸਮ ਗਰਮਾ ਕੇ ਤਮਾਮ ਫਲੋਂ ਔਰ ਫਸਲੋਂ ਕੋ ਨੁਕਸਾਨ ਪਹੁੰਚਾਇਆ ਹੈ। ਆਮ ਕੇ ਜੋ ਬਾਗਾਤ ਹੈ ਵੋ 50% ਮੁਤਾਸਰ ਹੋਏ ਹੈ ਔਰ ਇਨਕਾ ਜ਼ਾਇਕਾ ਵੀ ਤਬਦੀਲ ਹੋ ਗਿਆ ਹੈ। ਬੇਮੌਸਮੀ ਬਾਰਿਸ਼ੋਂ ਔਰ ਜ਼ਾਲਾਬਾਰੀ ਕੀ ਵਜ੍ਹਾ ਸੇ ਇਸ ਵਾਰ ਆਮ ਕੀ ਫਸਲ ਤਕਰੀਬਨ 50% ਮੁਤਾਸਰ ਹੋਈ ਹੈ ਔਰ ਇਸਕੇ ਸਾਥ ਸਾਥ ਪਿਛਲੇ ਸਾਲ ਕੀ ਬਨਿਸਬਤ ਇਸ ਸਾਲ ਇਸਕੀ ਐਕਸਪੋਰਟ ਤੋਂ ਬਿਹਤਰ ਹੋਗੀ ਔਰ ਉਸਕੇ ਸਾਥ ਸਾਥ ਆਮ ਕੇ ਜ਼ਾਇਕੇ ਮੇਂ ਵੀ ਤਬਦੀਲੀ ਹੋਣੇ ਕਾ ਖਦਸ਼ਾ ਹੈ ਔਰ ਯੇ ਮਾਰਕੀਟ ਮੇਂ ਕਮ ਹੋਣੇ ਕੀ ਵਜ੍ਹਾ ਸੇ ਇਸਕੇ ਅਖਰਾਜਾਤ ਵੀ ਬੜ ਗਏ ਹੈਂ।